स्वागत है किसान वीरो तुहाडा यूट्यूब चैनल सिद्क डेयरी फार्मिंग दे विच। किसान वीरो अज जिहड़ी वीडियो बना रहे हैं पिंड कोहाला तहसील जीरा ते जिला फिरोजपुर दी, इस घर दे विचों बहुत सारिया वीडियो अपलोड है। अज दी वीडियो दे विच दो गाइयां दोने दोस्तों बहुत सोहणियां ते चंगियां गाइयां ते उदों अगे इक मज्झ, ये तीन पशु थोनू दिखाने जिहड़े वकाऊ आ बाई कोल। डिटेल जिन्हां बारे आपां बाई नाल गलबात करांगे, वीडियो नूं दोस्तों एंड तक जरूर देखियो। एक जिन्हां वीरां ने इस चैनल नूं अजे तक सबसक्राइब नहीं कीता उह चैनल नूं जरूर सबसक्राइब कर लो ते नाल घंटी दा बटन भी प्रेस कर दिओ जी। आओ बाई नाल गलबात करदे आं ते वीडियो नूं दोस्तों अगे शुरू करदे आं। बाई सति श्री अकाल। सति श्री अकाल। नाम दस दी वीर, एक वार। वरिंदरजीत सिंह। वरिंदरजीत सिंह, व्यापार दा कम अपना। हाँ जी हाँ जी, ठीक है। अच्छा जिहड़ियां अज गाइयां इहनां दे विचों इधर काली चिट्टी जिहड़ी पहले नंबर ते गां। हाँ जी हाँ जी हाँ। किन्नवां सूआ सोहणा ਇਹ ਪਹਿਲਾ ਸੂਆ ਸੋਹਣੀ ਆ ਜੀ, ਪਲੂਣ ਮੈਡ ਆ। ਦੰਦੋ ਕਿਵੇਂ? ਦੰਦੋ ਚਾਰ ਦੰਦ ਆ ਜੀ। ਠੀਕ ਆ, ਕਿੰਨਾ ਚਿਰ ਰਹਿੰਦਾ ਇਹਦਾ? ਇਹ ਹਫਤਾ ਦਸ ਦਿਨ ਲੈ ਜੂ ਜੀ। ਹਫਤਾ ਦਸ ਦਿਨ ਹਜੇ ਲੈ ਜੂ। ਹਾਂਜੀ। ਰੇਟ ਇਹਦਾ ਕੀ ਰੱਖਿਆ? ਇਹਦਾ 53,000 ਰੁਪਈਆ ਜੀ। 53,000। ਹਾਂਜੀ ਦੋਸਤੋ, 50 ਤੇ 3 53,000 ਡਿਮਾਂਡ ਆ। ਪਹਿਲਾ ਸੂਆ ਥਣ ਬਹੁਤ ਜ਼ਿਆਦਾ ਸੋਹਣਾ ਹੈ, ਉਹ ਤੁਸੀਂ ਵੀਡੀਓ 'ਚ ਦੇਖ ਰਹੇ ਹੋ। ਹਜੇ ਦਿਨ ਪਏ ਆ 10 ਤੋਂ 12, ਉਮੀਦ ਆ ਹਵਾਨਾ ਵੱਡਾ ਬਣਾਊਗੀ। ਬਾਕੀ ਜਿਹੜਾ ਥਣ ਦਾ ਰੁੱਖ ਆ ਉਹ ਜ਼ਰੂਰ ਦੇਖਣ ਵਾਲਾ। ਉੱਚੇ ਲੰਬੇ ਕੱਦ ਦੀ 4 ਦੰਦ ਵੱਛੀ ਪਹਿਲਾ ਸੂਆ ਸੂ ਰਹੀ ਹੈ। ਐਚ ਐਫ ਬਰੀਡ ਹੈ ਦੋਸਤੋ, ਨਸਲ ਜਿਹੜੀ ਉਹ ਐਚ ਐਫ ਹੈ। ਚੰਗੇ ਦੁੱਧ ਵਾਲੀ ਗਾਂ ਬਣਨਾ ਦੋਸਤੋ ਇਹਨੇ। ਬਾਕੀ ਜਿਹੜੇ ਵੀਰ ਨੇ ਖਰੀਦਣੀ ਹੋਈ ਪਸੰਦ ਉਹਨੇ ਕਰਨੀ ਹੈ, ਦੇਖ ਸਕਦੇ ਹੋ ਇਹਦਾ ਤੁਸੀਂ ਢਾਂਚਾ। ਬਾਕੀ ਜਿਹੜਾ ਥਣ ਦਾ ਸਾਈਜ਼ ਹੈ ਜਿਹੜਾ ਦੋਸਤੋ ਉਹ ਤੁਹਾਨੂੰ ਜ਼ਰੂਰ ਵਾਰ ਵਾਰ ਦਿਖਾਉਣ ਨੂੰ ਜੀ ਕਰਦਾ, ਕਿਉਂਕਿ ਥਣ ਜਿਹੜਾ ਦੋਸਤੋ ਮੋਟਾ ਅਤੇ ਚੰਗਾ ਥਣ ਲੱਗਾ ਰਿਹਾ ਇਸ ਗਾਂ ਦੇ। ਮੂੰਹ ਮੱਥੇ ਦੀ ਵੀ ਸੋਹਣੀ ਆ, ਬਾਕੀ ਕੱਦ ਕਾਠ ਉੱਚਾ ਲੰਬਾ, ਬਾਕੀ ਜੋ ਚੀਜ਼ ਆ ਤੁਹਾਡੇ ਸਾਹਮਣੇ ਹੈ। ਹਜੇ 10 ਤੋਂ 12 ਦਿਨ ਬਾਈ ਦੇ ਦੱਸਣ ਮੁਤਾਬਕ ਇਹਦੇ ਰਹਿੰਦੇ ਆ। ਉਮੀਦ ਹੈ ਇੰਨੇ ਦਿਨੇ ਲੈ ਵੀ ਜਾਊਗੀ ਅਤੇ ਹਵਾਨਾ ਇਹ ਸੋਹਣਾ ਬਣਾਊਗੀ। ਉਦੋਂ ਅੱਗੇ ਜਿਹੜੀ ਵਹਿੜ ਆ ਦੋਸਤੋ ਉਹ ਸਪੈਸ਼ਲੀ ਹੈ, ਕਿਉਂਕਿ ਇੱਦਾਂ ਦੀਆਂ ਵਹਿੜਾਂ ਬਹੁਤ ਘੱਟ ਹੀ ਵੇਖੀਆਂ। ਰੰਗ ਰੂਪ ਅਤੇ ਜੋ ਇਹਦਾ ਢਾਂਚਾ ਉਹ ਵੀ ਤੁਹਾਨੂੰ ਪਸੰਦ ਆਊਗਾ। 2 ਨੰਬਰ ਵਾਲੀ ਵਹਿੜ ਬਾਈ ਕਹਿਣਾ ਸੂਆ ਇਹ ਪਹਿਲਾਂ ਪਲੂਣ ਵੱਛੀ ਹੈ ਜੀ, ਖੀਰੇ ਦੰਦ ਉਹ ਵੀ ਅਜੇ ਕੱਚੇ ਖੀਰੇ ਦੰਦ, ਦੋਂਦੇ ਕੱਢਣ ਵੀ ਨਹੀਂ ਲੱਗੀ। ਠੀਕ ਹੈ, ਮਤਲਬ ਅਜੇ ਖੀਰੇ ਖੀਰੀ ਹੈ, ਖੀਰੀ ਹੈ ਜੀ। ਹਾਂਜੀ, ਕਿੰਨੇ ਦਿਨ ਲੈ ਜੀ ਇਹ? ਲੈ ਜੂ ਜੀ, ਇਹ ਵੀ ਹਫਤਾ ਲੈ ਜੂ। ਹਫਤਾ ਲੈ ਜੂ। ਹਾਂਜੀ ਹਾਂਜੀ, ਠੀਕ ਹੈ। ਅੱਛਾ ਇਹਦਾ ਰੇਟ ਕੀ ਰੱਖਿਆ? ਇਹਦਾ 56,000 ਰੁਪਇਆ ਜਮਾਂ ਜਾਇਜ਼ ਰੇਟ ਜੀ। 56,000। ਹਾਂਜੀ ਹਾਂਜੀ, ਠੀਕ ਹੈ ਦੋਸਤੋ। ਹਵਾਨਾ ਇਹਦਾ ਵੀ ਬਹੁਤ ਸੋਹਣਾ, ਥਣਾਂ 'ਚ ਵਿੱਚੀ ਇੱਥੋਂ ਹੀ ਦੇਖ ਲਓ ਬਹੁਤ ਜ਼ਿਆਦਾ ਹੈ। ਬਾਕੀ ਤੋਰ ਕੇ ਤੁਹਾਨੂੰ ਦਿਖਾਵਾਂਗੇ, ਲਾਲ ਰੰਗ ਬਿਲਕੁਲ। ਇਹ ਦੋਸਤੋ ਦੋਵਾਂ ਕੁ ਨਸਲਾਂ ਦਾ ਮੇਲ ਜਿਹਾ ਲੱਗਦੀ ਹੈ, ਜਰਸੀ ਵੀ ਲੱਗਦੀ ਹੈ, ਨਾਲ ਸਾਹੀਵਾਲ ਵਾਲਾ ਰੰਗ ਵੀ ਹੈ। ਦੰਦ ਦੇਖ ਸਕਦੇ ਹੋ ਦੋਸਤੋ, ਖੀਰੀ ਦੰਦੋ। ਬਾਕੀ ਜਿਹੜਾ ਵੀ ਟੀਕਾ ਜੇ ਜਰਸੀ ਦਾ ਭਰਾਓਗੇ ਤਾਂ ਬੱਚਾ ਜ਼ਿਆਦਾ ਵਧੀਆ ਪਾਊਗੀ, ਐਚ ਐਫ ਭਰਾ ਲਉਂਗੇ ਤਾਂ ਉਹ ਵੀ ਬੱਚਾ ਆਜੂਗਾ। ਪਰ ਦੋਸਤੋ ਪਸੰਦ ਤੁਸੀਂ ਕਰਨੀ ਹੈ, ਮੈਨੂੰ ਬਹੁਤ ਪਸੰਦ ਆਈ ਗਾਂ। ਬਾਕੀ ਜਿਹੜੇ ਵੀਰ ਨੇ ਖਰੀਦਣੀ ਹੋਈ ਪੈਸੇ ਉਹਨੇ ਲਾਉਣੇ ਆ, ਉਹਨੇ ਪਸੰਦ ਕਰਨੀ ਹੈ। ਠੰਡੀ ਸੀਲ ਵੱਛੀ ਥਾਣ ਸੋਹਣੇ ਆ, ਬਸ ਚੱਡੀਆਂ ਹੱਥ ਚਾਰੇ ਥਾਂ ਨਿਖੜਵੇ, ਵਿੱਥੀ ਚੰਗੀ ਹੈ। ਰੰਗ ਰੂਪ ਮੈਂ ਪਹਿਲਾਂ ਹੀ ਤੁਹਾਨੂੰ ਦੱਸਤਾ ਸੀ ਵੀ ਇਹਦਾ ਬਹੁਤ ਸੋਹਣਾ। ਮੂੰਹ ਮੱਥਾ ਦੇਖ ਸਕਦੇ ਹੋ ਦੋਸਤੋ, ਹੋ ਸਕਦਾ ਵੀ ਐਚ ਐਫ ਦੀ ਕ੍ਰੋਸ ਹੋਵੇ ਸਾਹੀਵਾਲ ਨਾਲ, ਪਰ ਜੋ ਵੀ ਚੀਜ਼ ਹੈ ਉਹ ਤੁਹਾਡੇ ਸਾਹਮਣੇ ਹੈ। ਠੀਕ ਹੈ, ਇੱਦੋਂ ਅੱਗੇ ਦੋਸਤੋ ਜ਼ਰੂਰ ਰਿਕਮੈਂਡ ਕਰੂੰਗਾ ਵੀ ਇਹਦੇ ਜਰਸੀ ਦਾ ਭਰਾਇਓ, ਕਿਉਂਕਿ ਬੱਚਾ ਇਹ ਜਰਸੀ ਦੇ ਵਿੱਚ ਬਹੁਤ ਜ਼ਿਆਦਾ ਸੋਹਣਾ ਦੇ ਸਕਦੀ ਹੈ, ਕਿਉਂਕਿ ਇਹਦਾ ਜਿਹੜਾ ਸਟਰਕਚਰ ਹੈ ਉਹ ਦੱਸਦਾ ਵੀ ਇਹ ਜਰਸੀ ਵਾਲੇ ਗੁਣ ਜਿਹੜੇ ਆਪਦੇ ਬੱਚੇ 'ਚ ਦੇਊਗੀ। ਇਦੋਂ ਅੱਗੇ ਇੱਕ ਮੱਝ ਬਾਈ ਕੋਲ, ਮੱਝ ਕਿੰਨਵਾਂ ਸੂਆ ਸੋਹਣੀ? ਇਹ ਤੀਜਾ ਸੂਆ ਸੋਊਗੀ ਜੀ। ਕਿੰਨਾ ਚਿਰ ਰਹਿੰਦਾ ਇਹਦਾ? ਇਹ ਵੀ 4-5 ਦਿਨ ਲੈ ਜਾਓ। ਠੀਕ ਹੈ, ਇਹਦਾ ਰੇਟ ਕੀ ਰੱਖਿਆ? ਇਹਦਾ 66,000 ਰੁਪਈਆ। 66,000। ਹਾਂਜੀ ਠੀਕ ਹੈ ਦੋਸਤੋ। ਦਰਮਿਆਨੇ ਕੱਦ ਕਾਠ ਦੀ ਹੈ, ਬਾਹਲੀ ਉੱਚੀ ਲੰਬੀ ਨਹੀਂ ਗੀ। ਥਣ ਦਾ ਸਾਈਜ਼ ਸੋਹਣਾ, ਥਣ 'ਚ ਵਿੱਥੀ ਚੰਗੀ ਹੈ, ਬਾਕੀ ਜਦੋਂ ਤੁਰੂਗੀ ਉਦੋਂ ਹਵਾਨਾ ਦਿਸ ਜਾਣਾ ਆਪਾਂ ਨੂੰ। ਸਿੰਗ ਦੇਖ ਸਕਦੇ ਹੋ ਤੁਸੀਂ, ਥੋੜ੍ਹਾ ਖੁੱਲ੍ਹਾ ਜ਼ਰੂਰ ਹੈ ਪਰ ਉਪਰਾ ਨਹੀਂ ਲੱਗਦਾ। ਕੱਦ ਦੋਸਤੋ ਦਰਮਿਆਨਾ ਹੀ ਹੈ, ਥਣ ਹਵਾਨੇ ਦੀ ਸਾਫ ਮਾਝਾ ਤੁਸੀਂ ਦੇਖ ਸਕਦੇ ਹੋ। 66,000 ਡਿਮਾਂਡ ਹੈ, ਰੁਕੀ ਇੱਥੇ ਜੀ। ਬਾਕੀ ਜੋ ਚੀਜ਼ ਹੈ ਦੋਸਤੋ ਤੁਹਾਨੂੰ ਚੰਗੀ ਤਰ੍ਹਾਂ ਦਿਖਾਊਂਗਾ, ਥਣ ਜਿਹੜਾ ਤੁਹਾਨੂੰ ਅੱਗੋਂ ਵੀ ਦਿਖਾਉਣਾ। ਅਗਾੜੀ ਇਸ ਮਾਝ ਦੀ ਦੋਸਤੋ ਥੋੜ੍ਹੀ ਚੰਗੀ ਹੋ ਸਕਦੀ ਹੈ, ਅਗਲੇ ਥਣਾਂ 'ਚ ਦੁੱਧ ਚੰਗਾ ਰੱਖੂਗੀ, ਕਿਉਂਕਿ ਹਵਾਨਾ ਜਿਹੜਾ ਅੱਗੇ ਨੂੰ ਕਾਫੀ ਜ਼ਿਆਦਾ ਹੈ। ਛੋਟੇ ਕੱਦ ਕਾਠਦੀ ਹੈ ਦੋਸਤੋ ਇਹ, ਬਾਕੀ ਜੋ ਚੀਜ਼ ਹੈ ਉਹ ਤੁਹਾਡੇ ਸਾਹਮਣੇ ਹੈ। 66,000 ਡਿਮਾਂਡ ਹੈ, ਵਪਾਰ ਦਾ ਬਾਈ ਦਾ ਕੰਮ ਹੈ, ਪਸ਼ੂ ਰੂਟੀਨ 'ਚ ਆਉਂਦੇ ਆ। ਵੀਡੀਓ ਤੁਸੀਂ ਚੈਨਲ ਉੱਤੇ ਰੂਟੀਨ 'ਚ ਹੀ ਦੇਖਦੇ ਹੋ, ਇਹਨਾਂ ਦੀਆਂ ਅਪਲੋਡ ਹੁੰਦੀਆਂ ਹਫ਼ਤੇ ਦੀ ਇੱਕ, ਕਈ ਵਾਰ 2 ਵੀਡੀਓ ਵੀ ਦੋਸਤੋ ਹੁਣ ਆਉਣੀਆਂ ਸ਼ੁਰੂ ਹੁੰਦੀਆਂ।
ਚੰਗੀ ਮੱਝ ਆ ਰੇਟ ਦੇ ਹਿਸਾਬ ਤੇ। ਬਾਕੀ ਜਿਹੜੇ ਵੀਰ ਨੂੰ ਪਸੰਦ ਆਉਂਦੀ ਹੈ ਕਾਲ ਬਾਈ ਨੂੰ ਕਰ ਲਿਓ। ਕੋਈ ਵੀ ਪਸ਼ੂ ਕਿਤੋਂ ਵੀ ਖਰੀਦਣਾ ਤਸੱਲੀ ਫੁੱਲ ਕਰਿਆ ਕਰੋ, ਪਸ਼ੂ ਖਰੀਦਣ ਲੱਗਿਆ ਕਾਹਲੀ ਨਾ ਕਰਿਆ ਕਰੋ। ਪਸ਼ੂ ਰੂਟੀਨ 'ਚ ਬਹੁਤ ਸਾਰੇ ਯੂਟਿਊਬ ਚੈਨਲ ਵੀਰ ਚਲਾਉਂਦੇ ਆ, ਸਾਰਿਆਂ ਉੱਤੇ ਵੀਡੀਓ ਰੂਟੀਨ 'ਚ ਹੀ ਆਉਂਦੀਆਂ ਰਹਿੰਦੀਆਂ ਦੋਸਤੋ, ਦੋ ਦੋ ਤਿੰਨ ਤਿੰਨ ਵੀਡੀਓ। ਸੋ ਆਪਣੇ ਚੈਨਲ ਉੱਤੇ ਵੀ ਡੇਲੀ ਦੀਆਂ ਤਿੰਨ ਤੋਂ ਚਾਰ ਵੀਡੀਓ ਹੁੰਦੀਆਂ। ਕੋਈ ਵੀ ਪਸ਼ੂ ਪਸੰਦ ਆਉਂਦਾ ਆਪਦੀ ਤਸੱਲੀ ਦੇ ਨਾਲ ਖਰੀਦ ਸਕਦੇ ਹੋ। ਵੇਚਣ ਵਾਲੇ ਵੀਰਾਂ ਨੂੰ ਵਾਰ ਵਾਰ ਬੇਨਤੀ ਕੀਤੀ ਹੈ, ਨਗਦ ਵੇਚੋ, ਚੈੱਕ ਨਾ ਲਓ, ਕਿਤੇ ਪਸ਼ੂ ਛੱਡਣ ਨਾ ਜਾਓ। ਜਿਹੜੇ ਵੀਰ ਨੇ ਖਰੀਦਣੀ ਹੋਈ ਤੁਹਾਡੇ ਘਰੇ ਆਊਗਾ, ਤਸੱਲੀ ਕਰਕੇ ਖਰੀਦੂਗਾ। ਧੰਨਵਾਦ ਦੋਸਤੋ ਵੀਡੀਓ ਦੇਖਣ ਵਾਸਤੇ।